YouTube ਚੈਨਲ C5 ਪੰਥ ਖਾਲਸਾ ਤੋਂ ਤੁਹਾਡਾ ਆਪਣਾ ਤਿੰਦਰਪਾਲ ਸਿੰਘ ਸਮੂਹ ਦਰਸ਼ਕਾਂ ਦਾ ਸਵਾਗਤ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਕੱਲ੍ਹ ਬਹੁਤ ਜ਼ਿਆਦਾ ਚਰਚਾ 'ਤੇ ਹੈ 15 ਜੁਲਾਈ 2024 ਦੀ ਸਰਦਾਰ ਰਣਬੀਰ ਸਿੰਘ ਖੱਟੜਾ ਰਿਟਾਇਰਡ DIG ਦੀ ਬੰਦ ਕਮਰਾ ਮੀਟਿੰਗ ਜਥੇਦਾਰ ਸਰਦਾਰ ਰਘਬੀਰ ਸਿੰਘ ਜੀ ਨਾਲ, ਜਿਹੜੀ ਕਿ ਉਹਨਾਂ ਨੇ 2 ਘੰਟੇ ਦੀ ਕੀਤੀ। ਅਸੀਂ ਇਸ ਦੀ ਪਹਿਲਾਂ ਵੀ ਜਿਸ ਵੇਲੇ ਮੀਟਿੰਗ ਹੋਈ ਸੀ ਉਦੋਂ ਵੀ ਚਰਚਾ ਕੀਤੀ ਸੀ, ਅਤੇ ਅਸੀਂ ਦੱਸਿਆ ਸੀ, ਸਾਡੀ ਚੈਨਲ ਨੇ ਸਭ ਤੋਂ ਪਹਿਲਾਂ ਦੱਸਿਆ ਸੀ ਕਿ ਖੱਟੜਾ ਸਾਹਿਬ ਫਿਰ ਦੁਬਾਰਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਿਲਣ ਆਏ ਨੇ। ਕੁਛ ਉਹਨਾਂ ਨਾਲ ਧਾਰਮਿਕ ਵਿਅਕਤੀ ਵੀ ਗਏ ਸਨ, ਅਤੇ ਉਹਨਾਂ ਨੇ ਬੰਦ ਕਮਰਾ ਮੀਟਿੰਗ ਕੀਤੀ ਹੈ ਜਿਸ ਦੀ ਡਿਟੇਲ ਨਹੀਂ ਸੀ ਦੱਸੀ ਗਈ। ਉਹ ਡਿਟੇਲ ਖੱਟੜਾ ਸਾਹਿਬ ਨੇ ਹੁਣ ਖੁਦ ਕੁਛ ਅੰਗਰੇਜ਼ੀ ਦੀਆਂ ਅਖਬਾਰਾਂ ਨੂੰ ਦੱਸੀ। ਜਿਸ ਵੇਲੇ ਦੱਸੀ ਤਾਂ ਉਹ ਫਿਰ ਹੁਣ ਚਰਚਾ ਵਿੱਚ ਬਣ ਗਈ ਹੈ। ਜਿਸ ਵੇਲੇ ਚਰਚਾ ਚੱਲ ਰਹੀ ਹੈ ਤਾਂ ਫਿਰ ਬੜੀ ਅਜੀਬੋ ਗਰੀਬ ਜਿਹੀ ਗੱਲ ਹੋ ਰਹੀ ਹੈ ਕਿ ਖੱਟੜਾ ਸਾਹਿਬ ਦੀ ਇਸ ਮੀਟਿੰਗ ਨੂੰ ਬਹੁਤ ਵਧਾ ਚੜ੍ਹਾ ਕੇ ਚੈਨਲਾਂ ਵਿੱਚ ਪੇਸ਼ ਕੀਤਾ ਜਾ ਰਿਹਾ, ਜਦਕਿ ਬਿਲਕੁਲ ਅਸਲ ਗੱਲ ਹੈ ਜੇ ਕਿ ਠੀਕ 5 ਜੁਲਾਈ ਮਹੀਨੇ 'ਚ ਹੀ ਹੈ, 15 ਜੁਲਾਈ ਦੀ ਮੀਟਿੰਗ ਹੈ, ਜੁਲਾਈ ਦੇ ਮਹੀਨੇ 'ਚ ਹੀ 2021 ਨੂੰ ਇਹਨਾਂ ਹੀ ਸਰਦਾਰ ਰਣਬੀਰ ਸਿੰਘ ਖੱਟੜਾ ਜੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਇੱਕ ਕੁਛ ਪਤਵੰਦੀਆਂ ਧਾਰਮਿਕ ਵਿਅਕਤੀਆਂ ਦੀ ਬੇਸਮੈਂਟ 'ਚ ਮੀਟਿੰਗ ਕੀਤੀ ਸੀ, ਖਾਸ ਵਿਅਕਤੀਆਂ ਦੀ, ਜਿਹੜੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਉਹਨਾਂ ਅਤੇ ਉਸੇ ਦੇ ਨਾਲ ਰਿਲੇਟਡ ਸਰਸਾ ਡੇਰਾ ਮੁਖੀ ਅਤੇ ਸਰਸੇ ਮੁਖੀ ਡੇਰੇਵਾਦੀਆਂ ਦੇ ਖਿਲਾਫ ਕੀ ਕਾਰਵਾਈ ਹੋ ਰਹੀ ਹੈ, ਕੀ ਕਸੂਰਵਾਰ ਹਨ ਕਿ ਨਹੀਂ ਹਨ, ਇਹ ਮੀਟਿੰਗ ਹੋਈ ਸੀ। ਇਹ ਮੀਟਿੰਗ 20 ਜੁਲਾਈ 2021 ਵਿੱਚ ਹੋਈ ਸੀ। ਹੁਣ ਸਮਝਣ ਵਾਲੀ ਗੱਲ ਕੀ ਹੈ, ਸਮਝਣ ਵਾਲੀ ਗੱਲ ਆ ਕਿ ਜੋ ਮੀਟਿੰਗ ਜੁਲਾਈ 2021 'ਚ ਹੋਈ ਸੀ, ਜੋ ਗੱਲਾਂ ਖੱਟੜਾ ਸਾਹਿਬ ਨੇ ਉਦੋਂ ਕਹੀਆਂ ਸਨ, ਲਗਭਗ ਆਪਣੇ 40-45 ਮਿੰਟ ਦੇ ਸੰਬੋਧਨ ਵਿੱਚ ਉਹਨਾਂ ਨੇ ਕਹੀਆਂ ਸਨ, ਉਹਨਾਂ ਦੀ ਪੂਰੀ ਰਿਕਾਰਡਿੰਗ ਯੂਟਿਊਬ 'ਤੇ ਪਈ ਹੈ, ਤੁਸੀਂ ਦੇਖ ਸਕਦੇ ਹੋ। ਪਰ ਹੁਣ ਜਿਸ ਵੇਲੇ ਅਖਬਾਰਾਂ ਵਾਲੇ ਲਿਖ ਰਹੇ ਨੇ, ਸਾਰਾ ਕੁਛ ਕਰ ਰਹੇ ਨੇ, ਉਹ ਬਿਲਕੁਲ ਸਾਰਾ ਕੁਛ ਨਵਾਂ ਬਣਾ ਕੇ ਪੇਸ਼ ਕਰ ਰਹੇ ਨੇ। ਅਤੇ ਮੈਂ ਪਹਿਲਾਂ ਤੁਹਾਨੂੰ ਦੱਸ ਦਿੰਦਾ ਕਿ ਨਵਾਂ ਕੁਛ ਵੀ ਨਹੀਂ ਹੈ। ਜੋ ਕੁਛ 2021 'ਚ ਜੁਲਾਈ ਮਹੀਨੇ 'ਚ ਖੱਟੜਾ ਸਾਹਿਬ ਨੇ ਕਿਹਾ, ਉਸੇ ਨੂੰ ਹੀ ਦੁਬਾਰਾ ਫਿਰ ਰਿਪੀਟ ਕੀਤਾ ਗਿਆ। ਹੁਣ ਮੁੱਦਾ ਹੈਗਾ ਕਿ 2021 'ਚ ਖੱਟੜਾ ਸਾਹਿਬ ਨੇ ਕੀ ਕਿਹਾ ਸੀ ਅਤੇ ਹੁਣ ਕੀ ਕਹਿ ਰਹੇ ਨੇ। ਗੱਲਾਂ ਆਓ ਸਮਝ ਲਈਏ ਕਿ ਕਿੱਥੇ ਕਿਵੇਂ ਕੌਣ ਦੋਸ਼ੀ ਹੈ। ਗੱਲ ਬੜੀ ਸਪਸ਼ਟ ਹੈ ਕਿ ਖੱਟੜਾ ਸਾਹਿਬ ਨੇ ਦੱਸਿਆ ਸੀ ਕਿ 30 ਨਵੰਬਰ 2015 ਨੂੰ ਉਹਨਾਂ ਨੂੰ ਜਾਂਚ ਸੌਂਪੀ ਗਈ ਸੀ। ਉਹਨਾਂ ਨੇ ਜਾਂਚ ਬੜੀ ਦਲੇਰੀ ਨਾਲ ਕੀਤੀ, ਪਰ ਇਹ ਵੀ ਗੱਲ ਨਾਲ ਹੀ ਜੇ ਕਿ ਜਿਸ ਵੇਲੇ ਉਹਨਾਂ ਨੂੰ ਜਾਂਚ ਸੌਂਪੀ ਗਈ ਸੀ ਉਸ ਵੇਲੇ ਅਕਾਲੀ ਦਲ ਦੀ ਸਰਕਾਰ ਸੀ, ਅਤੇ ਜਿਸ ਵੇਲੇ ਉਹਨਾਂ ਨੇ ਜਾਂਚ ਨੂੰ ਅੱਗੇ ਵਧਾਇਆ ਅਤੇ ਉਸ ਵੇਲੇ ਕਾਂਗਰਸ ਦੀ ਸਰਕਾਰ ਸੀ, ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ। ਸ਼ਾਇਦ ਅਕਾਲੀ ਦਲ ਦੀ ਸਰਕਾਰ ਖੱਟੜਾ ਸਾਹਿਬ ਨੂੰ ਉਹਨਾਂ ਡਿਸੀਜਨਸ 'ਤੇ ਨਾ ਪਹੁੰਚਣ ਦਿੰਦੀ ਜਿਹੜੀ ਉਹ ਪਹੁੰਚੇ, ਉਹਨਾਂ ਦੀ ਸੀਟ ਪਹੁੰਚੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ। ਇਹ ਵੀ ਇੱਕ ਬੜਾ ਅਹਿਮ ਮੁੱਦਾ ਹੈ। ਔਰ ਇਹ ਵੀ ਯਾਦ ਰੱਖਣਾ ਚਾਹੀਦਾ ਕਿ ਉਹਨਾਂ ਦਿਨਾਂ ਵਿੱਚ ਹੀ ਮੋੜ ਮੰਡੀ 'ਚ ਬੰਬ ਧਮਾਕਾ ਹੋਇਆ ਸੀ ਜਿਹਦੇ 'ਚ 9 ਵਿਅਕਤੀ ਮਾਰੇ ਗਏ ਸਨ, ਅਤੇ ਉਸ ਦੀਆਂ ਵੀ ਸਾਰੀਆਂ ਤੰਦਾਂ
ਡੇਰਾ ਮੁਖੀ ਦੇ ਖਿਲਾਫ ਜੁੜ ਗਈਆਂ ਸਨ ਔਰ ਉਹ ਜਿਹੜੀਆਂ ਤੰਦਾਂ ਜੁੜੀਆਂ ਸਨ ਉਸ ਦੀ ਵੀ ਇਨਵੈਸਟੀਗੇਸ਼ਨ ਰਣਬੀਰ ਸਿੰਘ ਖੱਟੜਾ ਜੀ ਨੇ ਹੀ ਕੀਤੀ ਸੀ। ਹੁਣ ਮੈਂ ਇੱਕ ਮੋਟੀ ਜਿਹੀ ਗੱਲ ਕਰ ਦਿੰਦਾ, ਜੋ ਕੁਛ ਅਖਬਾਰਾਂ 'ਚ ਆ ਰਿਹਾ, ਬਰਗਾਲੀ ਤੋਂ ਬੀੜ ਸਾਹਿਬ ਚੋਰੀ ਹੋਏ ਉਹ 1 ਜੁਲਾਈ 2015 ਨੂੰ ਚੋਰੀ ਹੋਏ, ਅੰਗ ਫਾੜ ਕੇ ਜਿਹੜੇ ਸੁੱਟੇ, ਜਿਸ ਵੇਲੇ ਪੋਸਟਰ ਲਾਏ ਗਏ ਕਿ ਤੁਹਾਡੀ ਬੀੜ ਸਾਡੇ ਕੋਲ ਹੈ, ਹੈ ਹਿੰਮਤ ਤਾਂ ਲੱਭ ਲਓ, 15 ਦਿਨ ਦਿੱਤੇ ਸਨ। ਸਰਕਾਰ ਸੀ ਅਕਾਲੀ ਦਲ ਦੀ, ਮੈਂ ਨਹੀਂ ਕਹਿ ਰਿਹਾ, ਉਹਨਾਂ ਸਾਰਾ ਕੁਛ ਲਿਖਤ ਵਿੱਚ ਹੈ, ਅਕਾਲੀ ਦਲ ਦੀ ਸਰਕਾਰ ਸੀ। 15 ਦਿਨ ਜਿਸ ਵੇਲੇ ਚੈਲੰਜ ਕਰਕੇ ਦਿੱਤੇ ਗਏ ਅਕਾਲੀ ਦਲ ਦੀ ਸਰਕਾਰ, CM ਸਰਦਾਰ ਪ੍ਰਕਾਸ਼ ਸਿੰਘ ਬਾਦਲ, ਡਿਪਟੀ CM ਅਤੇ ਗ੍ਰਹਿ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਉਹਨਾਂ ਦੇ ਨਾਲ ਸਾਰੇ ਅਕਾਲੀ ਕੈਬਿਨੇਟ ਦੇ ਮੰਤਰੀ, MLA, MP ਸੁੱਤੇ ਰਹੇ ਸਨ 15 ਦਿਨ। ਕਿ ਉਹ ਕਸੂਰਵਾਰ ਨਹੀਂ ਹਨ? 15 ਦਿਨ ਤੱਕ ਕਿਸੇ ਨੇ ਕੁਛ ਨਹੀਂ ਕੀਤਾ, ਜਦਕਿ ਅਗਲੇ ਦਾਅਵਾ ਕਰ ਰਹੇ ਨੇ ਕਿ ਬੀੜ ਅਸੀਂ ਚੋਰੀ ਕੀਤੀ ਹੈ, ਅਸੀਂ ਲੈ ਗਏ ਹਾਂ, ਤੁਹਾਡੀ ਕੀਮਤ ਹੈ, ਆਪਣੇ ਗੁਰੂ ਨੂੰ ਲੱਭ ਲਓ। ਅਤੇ ਉਹ ਗੁਰੂ ਨੂੰ ਮੰਨਣ ਵਾਲੀ SGPC ਨੇ ਵੀ ਕੋਈ ਕਾਰਵਾਈ ਨਹੀਂ ਕੀਤੀ, ਉਦੋਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ, ਕੋਈ ਦਬਾਅ ਨਹੀਂ ਪਾਇਆ CM 'ਤੇ ਕਿ ਬਈ ਹਾਲਾਤ ਵਿਗੜਨਗੇ, ਇਸ ਗੱਲ ਨੂੰ ਇਮੀਜੀਏਟ ਐਮਰਜੈਂਸੀ ਦੇ ਹਿਸਾਬ ਨਾਲ ਟੈਕਲ ਕਰੋ। ਕਿੰਨਾ ਕੁ ਏਰੀਆ ਸੀ, ਬੀੜ ਸਾਹਿਬ ਬਰਗਾਲੀ ਤੋਂ ਚੋਰੀ ਕੀਤੀ ਗਈ ਸੀ, 25 ਕਿਲੋਮੀਟਰ ਦੇ ਏਰੀਏ 'ਚ ਹੀ ਘੁੰਮਦੀ ਰਹੀ ਸੀ, ਘਰ ਘਰ ਵੀ ਤਲਾਸ਼ੀ ਲੈਂਦੇ ਔਰ ਪਤਾ ਵੀ ਸੀ, ਕਿਉਂਕਿ ਉਹ ਦੁਕਾਨਦਾਰ ਨਿਸ਼ਾਨਦੇਹੀ ਹੋ ਗਈ ਸੀ ਜਿਹਨੇ ਬੁਲਾਏ ਸਨ ਡੇਰੇਵਾਦੀ, ਅਤੇ ਸਾਰਾ ਕੁਛ 15 ਦਿਨਾਂ ਦੇ ਅੰਦਰ ਹੀ ਖਤਮ ਕੀਤਾ ਜਾ ਸਕਦਾ ਸੀ, ਪਰ ਅਕਾਲੀ ਹਕੂਮਤ ਨੇ ਨਹੀਂ ਕੀਤਾ। ਫਿਰ ਦੋਸ਼ ਨੰਬਰ 1, ਫਿਰ ਜਿਸ ਵੇਲੇ ਪੋਸਟਰ ਲਾਏ ਗਏ ਕਿ 15 ਦਿਨਾਂ ਵਿੱਚ ਲੱਭ ਲਓ, ਉਹ ਪੋਸਟਰ ਲੱਗੇ 25 ਸਤੰਬਰ 2015 ਨੂੰ ਕਿ ਨਹੀਂ ਤਾਂ ਅਸੀਂ ਤੁਹਾਡੇ ਗੁਰੂ ਨੂੰ ਗਲੀਆਂ 'ਚ ਰੋਲ ਦਾਂਗੇ। ਬੜੇ ਗਲਤ ਔਰ ਬੜੀ ਭੱਦੀ ਸ਼ਬਦਾਵਲੀ ਵਰਤੀ ਗਈ ਸੀ। ਫਿਰ ਅਕਾਲੀ ਸੁੱਤੇ ਨਹੀਂ ਰਹੇ, ਜਾਣ ਬੁੱਝ ਕੇ ਉਹਨਾਂ ਨੇ ਡੇਰੇਵਾਦੀਆਂ ਨੂੰ ਪ੍ਰਮੋਟ ਕੀਤਾ, ਸਰਸਾ ਡੇਰੇ ਨੂੰ ਪ੍ਰਮੋਟ ਕੀਤਾ, ਵੋਟਾਂ ਦੇ ਖਾਤਰ ਜਾਂ ਕਹਿ ਲਓ ਉਹਦੀ ਫਿਲਮ ਦੇ ਖਾਤਰ। MSG 2 ਆ ਗਈ ਸੀ ਇੱਕ ਉਹਨਾਂ ਦੇ ਨਾਈ 'ਚ, ਅਤੇ ਜਾਂ ਉਹਦੇ ਖਾਤਰ ਜਾਂ ਆਪਣੇ ਲਾਲਚਾਂ ਖਾਤਰ, ਆਪਣੀ ਗੱਦੀ ਖਾਤਰ, ਕੁਛ ਵੀ ਕਹਿ ਲਓ। SGPC ਵੀ ਚੁੱਪ ਰਹੀ, ਅਕਾਲੀ ਦਲ ਦੇ ਬਾਕੀ ਸਾਰੇ ਲੀਡਰ ਚੁੱਪ ਰਹੇ ਕਿ ਉਹਨਾਂ ਹੀ ਸਿੱਖੀ ਨਹੀਂ ਸੀ, ਉਹਨਾਂ ਨੂੰ ਪਤਾ ਨਹੀਂ ਸੀ ਕਿ ਬਈ ਹੁਣ ਕੀ ਹੋਣਾ, ਸੰਜੀਦਾ ਸਵਾਲ ਸੀ। 15 ਦਿਨ ਫਿਰ ਚੁੱਪ ਰਹੇ, ਅਤੇ ਫਿਰ ਜਿਸ ਵੇਲੇ 12 ਅਕਤੂਬਰ 2015 ਨੂੰ ਅੰਗ ਗਲੀਆਂ 'ਚ ਰੋਲ ਦਿੱਤੇ ਗਏ, ਅਤੇ ਉਦੋਂ ਵੀ ਅਕਾਲੀ ਦਲ ਨੇ ਕੁਛ ਨਹੀਂ ਕੀਤਾ, ਕੋਈ ਕਾਰਵਾਈ ਨਹੀਂ ਕੀਤੀ। ਇਹ ਖੱਟੜਾ ਸਾਹਿਬ ਨੇ ਬਕਾਇਦਾ ਸਾਰਾ ਵੇਰਵਾ ਜੁਲਾਈ 2021 ਨੂੰ ਦੇ ਦਿੱਤਾ ਸੀ। ਹੁਣ ਜਿਸ ਵੇਲੇ ਵੇਰਵੇ ਦਿੱਤੇ, ਇਹਨਾਂ ਵੇਰਵਿਆਂ ਦੇ ਨਾਲ ਹੀ ਉਹਨਾਂ ਨੇ ਇਹ ਵੀ ਗੱਲ ਕਹੀ ਸੀ ਕਿ 28 ਡੇਰਾ ਮੁਖੀ ਫੜੇ ਸਨ, FIR 63 ਵਿੱਚ ਡੇਰਾ ਮੁਖੀ ਦੋਸ਼ੀ ਰੱਖਿਆ ਸੀ, ਉਹ ਉਸ 'ਤੇ ਕਾਰਵਾਈ ਹੋਣੀ ਚਾਹੀਦੀ ਸੀ। 114 ਅੰਗ ਉਹਨਾਂ ਨੇ ਰਿਕਵਰ ਵੀ ਕੀਤੇ ਸੀ, ਅਤੇ ਕੁੱਲ 5 ਬੇਅਦਬੀਆਂ ਹੋਈਆਂ ਸਨ,
ਉਹਨਾਂ 'ਚ ਆਪਣਾ ਮਲਕੇ ਵਾਲੀ ਬਾਗਾ ਪੁਰਾਣਾ ਵਾਲੀ ਬੇਅਦਬੀ ਵੀ ਸੀ ਅਤੇ ਜਿਹੜੀ ਕਿ ਸਭ ਤੋਂ ਪੰਜਵੇਂ ਨੰਬਰ 'ਤੇ ਸੀ ਅਤੇ ਚੌਥੇ ਨੰਬਰ 'ਤੇ ਸੀ 19-20 ਅਕਤੂਬਰ 2015 ਨੂੰ ਗੁਰੂਸਰ ਭਗਤਾਂ ਵਿੱਚ ਜਿਹੜੀ ਬੇਅਦਬੀ ਕੀਤੀ ਗਈ ਸੀ। ਇਹਨਾਂ ਸਾਰਿਆਂ ਹੀ ਗਲੀਆਂ ਕਾਰਵਾਈਆਂ ਵਿੱਚ ਮੁੱਖ ਦੋਸ਼ੀ ਅਕਾਲੀ ਸਰਕਾਰ ਬਣੀ ਅਤੇ ਉਹ ਸੈਕਿੰਡ ਨੰਬਰ 'ਤੇ ਮੁੱਖ ਦੋਸ਼ੀ SGPC ਬਣੀ। ਸਾਰੇ ਅਫਸਰਾਂ ਨੇ ਕਿਹਾ, ਸਾਰੇ ਪੁਲਿਸ ਅਫਸਰਾਂ ਨੇ ਕਿਹਾ, ਸਾਰੀਆਂ ਜਾਂਚ ਕਮੇਟੀਆਂ ਨੇ ਕਿਹਾ, ਤਿੰਨ ਸਿੱਟ ਬਣੀਆਂ, ਤਿੰਨੋਂ ਸਿੱਟੋਂ ਇਸੇ ਨਤੀਜੇ 'ਤੇ ਪਹੁੰਚੀਆਂ। ਉਸ ਤੋਂ ਇਲਾਵਾ ਦੋ ਸਾਬਕਾ ਜੱਜਾਂ ਦੀਆਂ ਕਮੇਟੀਆਂ ਬਣੀਆਂ, ਉਹਨਾਂ ਵਿੱਚ ਜਸਟਿਸ ਰਣਜੀਤ ਸਿੰਘ ਅਤੇ ਜਸਟਿਸ ਜੋਰਾ ਸਿੰਘ ਕਮਿਸ਼ਨ ਨੇ ਵੀ ਇਹੀ ਗੱਲ ਕਹੀ। ਇਸ ਤੋਂ ਇਲਾਵਾ ਇੱਕ ਹੁਣੇ ਹੁਣੇ ਆਪਣਾ ਇੰਟਰਵਿਊ ਚੱਲੀ ਹੈ, ਮੈਂ ਉਸ ਦਾ ਵੀ ਜ਼ਿਕਰ ਖਾਸ ਤੌਰ 'ਤੇ ਤੁਹਾਡੇ ਨਾਲ ਕਰਨਾ ਚਾਹੁੰਦਾ ਕਿਉਂਕਿ ਬੜਾ ਜ਼ਰੂਰੀ ਹੈ ਉਸ ਇੰਟਰਵਿਊ ਦਾ ਜ਼ਿਕਰ ਕਰਨਾ। ਸਾਬਕਾ ਪੁਲਿਸ ਅਫਸਰ ਨੇ ਸਤਪਾਲ ਸਿੰਘ ਗਿੱਲ, ਉਹਨਾਂ ਨੇ ਵੀ ਇੱਕ ਵਿਦੇਸ਼ੀ ਟੈਲੀਵਿਜ਼ਨ ਚੈਨਲ ਨਾਲ ਇੰਟਰਵਿਊ ਕਰਦੇ ਹੋਏ ਹੁਣੇ ਕਿਹਾ ਹੈ, ਰੀਲ ਚੱਲਦੀ ਵੀ ਪਈ ਜੇ ਯੂਟਿਊਬ 'ਤੇ ਉਹਨਾਂ ਦੀ, ਕਿ ਪੰਜਾਬ ਪੁਲਿਸ ਦੀ ਲੇਡੀ ਕਾਂਸਟੇਬਲ ਜਿਹਨੂੰ ਕੰਡਾ ਕੰਡਾ ਕਿਹਾ ਜਾਂਦਾ, ਉਹਦੇ ਪਤੀ ਨੂੰ ਵੀ, ਉਹਦੇ ਖਾਤਿਆਂ ਵਿੱਚ ਕਰੋੜਾਂ ਰੁਪਈਏ ਆਏ। ਸਰਕਾਰ ਨੂੰ ਪਤਾ ਸੀ ਪਰ ਅਕਾਲੀ ਸਰਕਾਰ ਨੇ ਉਸ 'ਤੇ ਕਾਰਵਾਈ ਨਹੀਂ ਹੋਣ ਦਿੱਤੀ, ਬੜਾ ਸਪਸ਼ਟ ਹੈ। ਸਾਰੇ ਅਕਾਲੀ ਦਲ ਨੂੰ ਪਤਾ ਸੀ, ਸਾਰੀ ਕੈਬਿਨੇਟ ਨੂੰ ਪਤਾ ਸੀ। ਫਿਰ ਉਹੀ ਦੱਸ ਰਿਹਾ ਬੰਦਾ ਕਿ ਕੁਲਦੀਪ ਕਲੇਰ ਫੜਿਆ ਗਿਆ, ਉਸਨੇ ਜੱਜ ਅੱਗੇ ਬਿਆਨ ਵਿੱਚ ਸਵੀਕਾਰ ਕੀਤਾ ਕਿ 6-8 ਕਰੋੜ ਰੁਪਏ ਸਾਰੇ ਇਹਨਾਂ ਬੇਅਦਬੀ ਕਾਂਡਾਂ ਦੀ ਸਾਜਿਸ਼ ਵਿੱਚ ਵਰਤੇ ਗਏ, ਦਿੱਤੇ ਗਏ, ਜਿਹੜੇ ਹਨੀਪ੍ਰੀਤ ਰਾਹੀਂ ਆਏ ਅਤੇ ਡੇਰਾ ਮੁਖੀ ਰਾਮ ਰਹੀਮ ਨੇ ਭੇਜੇ, ਅਤੇ ਉਸ ਦੇ ਇੱਕ ਡਰਾਈਵਰ ਗੁਲਾਬ ਸਿੰਘ ਵੀ ਇਸ ਵਿੱਚ ਇਨਵੋਲਵ ਹੈ, ਅਤੇ ਇਹਨਾਂ ਸਾਰੀਆਂ ਕਾਰਵਾਈਆਂ ਦੀ ਸਰਕਾਰ ਨੂੰ ਪੂਰੀ ਜਾਣਕਾਰੀ ਸੀ ਪਰ ਸਰਕਾਰ ਨੇ ਕੁਝ ਵੀ ਨਾ ਕਰਨ ਹਿੱਤ ਆਪਣਾ ਮਨ ਬਣਾਇਆ ਹੋਇਆ ਸੀ ਅਤੇ ਉਸਨੇ ਕਿਸੇ ਵੀ ਪੁਲਿਸ ਅਫਸਰ ਨੂੰ ਕੁਛ ਨਹੀਂ ਕਰਨ ਦਿੱਤਾ ਅਤੇ ਇਸ ਲਈ ਪੁਲਿਸ ਅਫਸਰਾਂ ਨੂੰ ਦੋਸ਼ੀ ਨਹੀਂ ਕਿਹਾ ਜਾਣਾ ਚਾਹੀਦਾ। ਇਹ ਗੱਲ ਸਾਬਕਾ ਪੁਲਿਸ ਅਫਸਰ ਸਤਪਾਲ ਸਿੰਘ ਗਿੱਲ ਨੇ ਮੰਨੀ ਹੈ, ਆਨ ਏਅਰ ਮੰਨੀ ਹੈ, ਸੋਸ਼ਲ ਮੀਡੀਆ 'ਤੇ ਮੰਨੀ ਹੈ। ਹੁਣ ਇਸ ਤੋਂ ਬਾਅਦ ਬਾਕੀ ਕੀ ਰਹਿ ਜਾਂਦਾ? ਮੇਰਾ ਸਵਾਲ ਹੈ ਕਿ ਬਾਕੀ ਕੀ ਰਹਿ ਜਾਂਦਾ? ਸਿਰਫ ਚਸਕੇ ਲੈ ਰਹੇ ਹਾਂ ਨਾ ਅਸੀਂ ਕਿ ਜੀ ਖਟੜਾ ਸਾਹਿਬ ਨੇ ਇਹ ਕਹਿਤਾ, ਖਟੜਾ ਸਾਹਿਬ ਨੇ ਉਹ ਕਹਿਤਾ। ਹੁਣ ਖਟੜਾ ਸਾਹਿਬ ਨੇ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ 2021 ਨੂੰ ਜੋ ਚੀਜ਼ਾਂ ਕਹਿ ਦਿੱਤੀਆਂ ਸੀ ਉਹਨਾਂ ਚੀਜ਼ਾਂ ਨੂੰ ਜਿਹੜੇ ਸਾਹਮਣੇ ਬੈਠ ਕੇ ਸੁਣ ਰਹੇ ਸੀ, ਮੈਂ ਤੁਹਾਨੂੰ ਫੋਟੋਆਂ ਦਿਖਾ ਦਿੰਦਾ। ਅੱਜ ਕੱਲ੍ਹ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੀ ਵੀ ਬੈਠੇ ਨੇ, ਬੀਬੀ ਜਗੀਰ ਕੌਰ ਉਸ ਵੇਲੇ ਪ੍ਰਧਾਨ ਸੀ ਉਹ ਵੀ ਬੈਠੇ ਨੇ, ਜਥੇਦਾਰ ਗੁਰਬਚਨ ਸਿੰਘ ਜੀ ਵੀ ਬੈਠੇ ਨੇ, ਆਪਣਾ ਹਰਪ੍ਰੀਤ ਸਿੰਘ ਜੀ ਵੀ ਫੋਟੋ 'ਚ ਦਿਖ ਰਹੇ ਨੇ, ਗਰੇਵਾਲ ਦਿਖ ਰਿਹਾ SGPC ਦਾ ਮੈਂਬਰ, ਜਿਹੜਾ ਜਨਰਲ ਸਕੱਤਰ ਵੀ ਰਿਹਾ ਵਰਤਮਾਨ, ਜਿਹੜੇ ਅੱਜ ਕੱਲ੍ਹ ਜਨਰਲ ਸਕੱਤਰ ਨੇ, ਮਹਿਤਾ ਜੀ ਵੀ ਦਿਖ ਰਹੇ ਨੇ, ਹੋਰ ਚਾਵਲਾ ਜੀ ਵੀ ਦਿਖ ਰਹੇ ਨੇ, SGPC ਦੇ ਅੰਤਰਿੰਗ ਕਮੇਟੀ ਦੇ ਹੋਰ ਬੜੇ ਮੈਂਬਰ ਦਿਖ ਰਹੇ ਨੇ, ਬਹੁਤ ਜ਼ਿਆਦਾ ਸੰਤ ਸਮਾਜ ਦੇ ਮੈਂਬਰ ਦਿਖ ਰਹੇ ਨੇ, ਸਿਰ ਕੱਢ ਬਾਕੀ
ਪਤਵੰਤ ਤੇ ਜਿਨ੍ਹਾਂ ਨੂੰ ਇਨਵਾਈਟ ਕੀਤਾ ਗਿਆ ਸੀ ਉਹ ਵੀ ਦੇਖ ਰਹੇ ਨੇ। ਇਹ ਤੁਸੀਂ ਫੋਟੋਆਂ ਹੀ ਸਾਰੇ ਦੇਖ ਚੁੱਕੇ ਹੋ। ਅਤੇ ਹੁਣ ਇਹਨਾਂ ਸਾਰਿਆਂ ਨੂੰ ਜਿਸ ਵੇਲੇ 2021 'ਚ ਸਪਸ਼ਟ ਹੋ ਗਿਆ ਸੀ ਕਿ ਸਰਕਾਰ ਵੀ ਦੋਸ਼ੀ ਹੈ, ਦੂਸਰੇ ਪਾਸੇ ਬੜਾ ਸਪਸ਼ਟ ਕਿਹਾ ਗਿਆ ਕਿ SGPC ਨੇ ਵੀ ਕੋਈ ਵੀ ਕੇਸ ਅੱਗੇ ਪਰਸਿਊ ਨਹੀਂ ਕੀਤਾ। ਹੁਣ ਕਿਹਾ ਜਾ ਰਿਹਾ, ਉਛਾਲਿਆ ਜਾ ਰਿਹਾ ਕਿ ਬਈ ਭਗਵੰਤ ਮਾਨ ਦੀ ਸਰਕਾਰ ਨੇ ਆਗਿਆ ਨਹੀਂ ਦੇ ਰਹੀ ਕੇਸ ਚਲਾਉਣ ਲਈ। ਅਤੇ ਬਈ ਅਕਾਲੀ ਦਲ ਦੀ ਸਰਕਾਰ ਨੇ ਵੀ ਆਗਿਆ ਨਹੀਂ ਸੀ ਦਿੱਤੀ, ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਵੀ ਆਗਿਆ ਨਹੀਂ ਸੀ ਦਿੱਤੀ, ਭੱਠਲ ਦੀ ਸਰਕਾਰ ਨੇ ਵੀ ਆਗਿਆ ਨਹੀਂ ਸੀ ਦਿੱਤੀ ਅਤੇ ਬਰਾੜ ਦੀ ਸਰਕਾਰ ਨੇ ਵੀ ਆਗਿਆ ਨਹੀਂ ਸੀ ਦਿੱਤੀ। ਹੁਣ ਉਹੀ ਆਗਿਆ ਭਗਵੰਤ ਮਾਨ ਵੀ ਨਹੀਂ ਦੇ ਰਿਹਾ। ਜਿਸ ਪੈੜ 'ਤੇ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਚੱਲੇ 10 ਸਾਲ, ਉਸੇ ਪੈੜ 'ਤੇ ਹੁਣ ਬਾਕੀ ਚੱਲਦੇ ਪਏ ਨੇ। ਅਤੇ ਫਿਰ ਦੋਸ਼ੀ ਤਾਂ ਸਾਰੇ ਹੀ ਨੇ। ਇਸ ਤੋਂ ਇਲਾਵਾ ਜਿਹੜੀ ਸਭ ਤੋਂ ਵੱਡੀ ਦੋਸ਼ ਵਾਲੀ ਗੱਲ ਬਣਦੀ ਹੈ ਉਹ ਬਣਦੀ ਹੈ ਕਿ SGPC ਨੂੰ ਸਭ ਚੀਜ਼ ਪਤਾ, ਮੁੱਢ ਕਦੀਮ ਤੋਂ ਪਤਾ, 2007 ਤੋਂ ਪਤਾ। ਜਿਸ ਵੇਲੇ ਸ਼੍ਰੀ ਅਕਾਲ ਤਖ਼ਤ ਸਾਹਿਬ ਨੇ 17 ਮਈ 2007 ਨੂੰ ਆਪਣਾ ਬਾਬਾ ਔਰ ਸਰਸੇ ਡੇਰੇ ਦਾ ਸੋਸ਼ਲ ਬਾਈਕਾਟ ਕਰਨ ਦਾ ਗੁਰਮਤਾ ਪਾਸ ਕੀਤਾ ਪੰਜ ਸਿੰਘ ਸਾਹਿਬਾਨਾਂ ਨੇ, ਉਸ 'ਤੇ ਦਸਤਖਤ ਕੀਤੇ। ਹੁਣ ਉਸ 'ਤੇ ਦਸਤਖਤ ਕਰਨ ਵਾਲਿਆਂ 'ਚ ਵੀ ਜਥੇਦਾਰ ਰਘਵੀਰ ਸਿੰਘ ਜੀ ਵੀ ਸ਼ਾਮਿਲ ਨੇ, ਗਿਆਨੀ ਗੁਰਮੁਖ ਸਿੰਘ ਜੀ ਵੀ ਉਸ ਮੀਟਿੰਗ 'ਚ ਸ਼ਾਮਿਲ ਨੇ। ਅਤੇ ਉਹ ਕਿਵੇਂ ਕਹਿ ਸਕਦੇ ਨੇ ਕਿ ਸਾਨੂੰ 2007 ਤੋਂ ਕੁਛ ਪਤਾ ਹੀ ਨਹੀਂ ਸੀ, ਨਾ ਕੋਈ ਨਵੀਂ ਜਾਣਕਾਰੀ ਆ ਨਾ ਥੋੜ੍ਹਾ ਨੇ। ਇਹ ਘੱਟਾ ਪਾ ਰਹੇ ਨੇ। ਸਰਦਾਰ ਰਣਬੀਰ ਸਿੰਘ ਖਟੜਾ ਜੀ ਨੇ ਸਾਰੀਆਂ ਗੱਲਾਂ ਖੋਲ੍ਹ ਕੇ ਦੱਸ ਦਿੱਤੀਆਂ, ਆਪਣੀ ਪੂਰੀ ਰਿਪੋਰਟ ਵੀ ਖੋਲ੍ਹ ਕੇ ਦੱਸ ਦਿੱਤੀ। ਜਸਟਿਸ ਜੋਰਾ ਸਿੰਘ ਨੇ ਵੀ ਦੱਸਤੀ, ਜਸਟਿਸ ਰਣਜੀਤ ਸਿੰਘ ਨੇ ਵੀ ਦੱਸਤੀ। ਹੁਣ ਜਦੋਂ ਸਾਰੀ ਚੀਜ਼ ਪੰਥ ਦੇ ਸਾਹਮਣੇ ਹੈ ਅਤੇ ਫਿਰ ਵੀ ਸਾਡੇ ਜਥੇਦਾਰ ਔਰ ਸਾਡੇ SGPC ਕੋਈ ਕਾਰਵਾਈ ਨਹੀਂ ਕਰਦੀ। ਮੈਂ ਪਿਛਲੇ ਦਿਨਾਂ 'ਚ ਵੀ ਤੁਹਾਨੂੰ ਕਿਹਾ ਸੀ ਕਿ ਪੱਤਰਕਾਰ ਰਣਜੀਤ ਸਿੰਘ ਦੇ ਬੇਟੇ ਨੇ ਅਤੇ ਕੁਛ ਇੱਕ ਅਨਾਮ ਸਾਧਵੀਆਂ ਨੇ ਬਲਾਤਕਾਰ ਦੇ ਅਤੇ ਕਤਲ ਦੇ ਕੇਸ 'ਚ ਉਹਨੂੰ ਸਜ਼ਾ ਦਿਲਾਈ ਹੈ। SGPC ਨੇ ਕੋਈ ਕਾਰਵਾਈ ਨਹੀਂ ਕੀਤੀ, ਕੋਈ ਵੀ FIR ਦਰਜ ਨਹੀਂ ਕਰਾਈ। SGPC ਅਕਾਲੀ ਦਲ ਦੇ ਬਠਿੰਡਾ ਦੇ ਕਾਰਕੁਨ ਨੇ FIR ਦਰਜ ਕਰਾਈ ਸੀ, ਉਹ ਅਕਾਲੀ ਦਲ ਨੇ ਵਾਪਸ ਲੈ ਲਈ। ਹੁਣ ਕਿਉਂ ਵਾਪਸ ਲਈ? ਅਕਾਲੀ ਦਲ ਦੇ ਸ਼ਾਸਨ ਕਾਲ 'ਚ ਹੀ ਵਾਪਸ ਹੋਈ। ਉਸਦਾ ਦੋਸ਼ੀ ਕੌਣ ਹੈ ਕਿ ਉਸਨੂੰ ਮੰਨਿਆ ਜਾਏ ਕਿ ਨਾ ਮੰਨਿਆ ਜਾਏ? ਹੁਣ ਖਟੜਾ ਸਾਹਿਬ ਜਿਸ ਵੇਲੇ ਭਾਸ਼ਣ ਦੇ ਰਹੇ ਸੀ 2021 'ਚ ਜੁਲਾਈ 'ਚ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਬੇਸਮੈਂਟ 'ਚ, ਅਤੇ ਉਹ ਜਿਹੜੇ ਸਾਰੇ ਸੁਣ ਰਹੇ ਸੀ ਕਿ ਇਹ ਸਾਰੇ ਦੋਸ਼ੀ ਨਹੀਂ ਨੇ, ਇਹਨਾਂ ਨੇ ਹਾਲੇ ਤੱਕ ਕਿਉਂ ਨਹੀਂ ਕਾਰਵਾਈ ਕੀਤੀ? ਅਤੇ ਹੁਣ ਜਿਹੜੇ ਸਾਰੇ ਦੋਸ਼ੀ ਨੇ, ਜਿਹੜੇ ਸਾਰੇ ਹੀ ਸੱਚ ਨੂੰ ਜਾਣਦੇ ਨੇ, ਉਹੀ ਸਾਰਿਆਂ ਦੇ ਕੋਲ ਹੁਣ ਕੁਛ ਫਰਿਆਦੀ ਬਾਗੀ ਜਾਂ ਅਕਾਲੀ ਨਹੀਂ ਕਹਿਣਾ ਚਾਹੀਦਾ, ਫਰਿਆਦੀ ਜਾਂ ਵਾਅਦਾ ਮਾਫ਼ ਗਵਾਹ ਬਣ ਕੇ ਸੁਖਬੀਰ ਬਾਦਲ ਨੂੰ ਕਲੀਨ ਚਿੱਟ ਦਿਵਾਉਣ ਵਾਲੇ ਅਕਾਲੀ ਬਣ ਕੇ ਸਾਹਮਣੇ ਆ ਗਏ ਜੇ, ਅਤੇ ਇਹ ਜਿਸ ਵੇਲੇ ਸਾਹਮਣੇ ਆ ਗਏ ਨੇ, ਅਤੇ ਇਹਨਾਂ ਇਹ ਵੀ ਤਾਂ ਸਾਰੇ ਉਸ 'ਚ ਦੋਸ਼ੀ ਸੀ, ਅਤੇ ਫਰਿਆਦ ਕਿਹਨੂੰ ਕੀਤੀ ਜਾ ਰਹੀ ਹੈ? ਉਹਨਾਂ ਹੀ ਸਰਕਾਰੀ ਜਥੇਦਾਰਾਂ ਨੂੰ ਜਿਹੜੇ ਕਿ ਸਾਰੀ ਚੀਜ਼ ਜਾਣਦੇ ਨੇ, ਦਰਬਾਰੀ ਜਥੇਦਾਰ, ਰਾਗ ਦਰਬਾਰੀ ਪੜਿਆ ਜਾ ਰਿਹਾ ਕੌਮ 'ਚ, ਸੁਖਬੀਰ ਬਾਦਲ ਅਤੇ ਉਸਦੀ ਪੂਰੀ ਜੁੰਡਲੀ ਨੂੰ ਕਲੀਨ ਚਿੱਟ ਦੇਣ ਵਾਸਤੇ ਦਰਬਾਰੀ ਜਥੇਦਾਰਾਂ, ਦਰਬਾਰੀ ਸਿੰਘ ਸਾਹਿਬਾਨਾਂ ਵੱਲੋਂ, ਦਰਬਾਰੀ SGPC ਵੱਲੋਂ, ਦਰਬਾਰੀ ਪੁਜਾਰੀਆਂ ਵੱਲੋਂ ਰਾਗ ਦਰਬਾਰੀ ਫਿਰ ਪੜਿਆ ਜਾ ਰਿਹਾ ਜੇ ਕਿ ਬਈ ਕਿਸੇ ਨਾ ਕਿਸੇ ਢੰਗ ਨਾਲ ਅਸੀਂ ਸੁਖਬੀਰ ਬਾਦਲ ਨੂੰ
ਕਲੀਨ ਚਿੱਟ ਦਈਏ। ਅਤੇ ਮੈਂ ਇਸ ਵਿੱਚ ਇੱਕ ਹੋਰ ਬੜੀ ਵੱਡੀ ਗੱਲ, ਬੜਾ ਵੱਡਾ ਇਨਸਾਫ ਤੁਹਾਨੂੰ ਕਰਕੇ ਕਹਿ ਰਿਹਾ ਕਿ ਜਦੋਂ 15 ਦਿਨ ਦਾ ਟਾਈਮ ਦਿੱਤਾ ਔਰ ਪੰਥ ਇਤਨੀ ਜ਼ਿਆਦਾ ਸੰਜੀਦਾ ਮੁਸੀਬਤ 'ਚ ਫਸਿਆ ਹੋਇਆ, ਅਤੇ ਸਾਡੇ ਦਰਬਾਰੀ ਰਾਗ ਅਲਾਪਣ ਵਾਲੇ ਜਥੇਦਾਰ ਗਿਆਨੀ ਰਘਵੀਰ ਸਿੰਘ ਜੀ ਇੰਗਲੈਂਡ ਚਲੇ ਗਏ ਨੇ। ਕਿਉਂ? ਸ਼ਾਇਦ ਇਸ ਲਈ ਕਿ ਹੁਣ ਪਿੱਛੇ ਪਿੱਛੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਵੀ ਵਿੰਗੇ ਟੇਗੇ ਤਰੀਕੇ ਨਾਲ ਇੰਗਲੈਂਡ ਜਾਣਗੇ, ਅਤੇ ਬਾਹਰ ਕਿਤੇ ਨਾ ਕਿਤੇ ਗੁਫ਼ਤਗੂ ਹੋਏਗੀ ਜਾਂ ਉਹਨਾਂ ਦੇ ਪੈਰੋਕਾਰਾਂ ਨਾਲ ਗੁਫ਼ਤਗੂ ਹੋਏਗੀ, ਅਤੇ ਕੁਛ ਸੰਡ ਗੰਢ ਕੀਤੀ ਜਾਏਗੀ, ਅਤੇ ਫਿਰ ਸੁਖਬੀਰ ਬਾਦਲ ਜੀ ਪੇਸ਼ ਹੋਣਗੇ। ਇਸ ਸੰਜੀਦਾ ਔਰ ਇਸ ਬਹੁਤ ਹੀ ਭੀੜ ਬਣੇ ਹੋਏ ਮਾਹੌਲ ਵਿੱਚ ਕਿ ਜਥੇਦਾਰਾਂ ਦਾ ਵਿਦੇਸ਼ੀ ਦੌਰੇ ਕਰਨੇ ਠੀਕ ਹੈ? ਕੀ ਇਹ ਸ਼ੱਕ ਦੇ ਦਾਇਰੇ 'ਚ ਨਹੀਂ ਆਉਂਦਾ? ਅਤੇ ਮੁੱਦਾ ਹੈ ਜੇ ਕਿ ਹਰ ਚੀਜ਼ ਤਾਂ ਕਲੀਅਰ ਕਰ ਦਿੱਤੀ ਗਈ, ਉਹਦੀ ਪੂਰੀ ਕ੍ਰੋਨੋਲੋਜੀ ਬਣੀ ਹੋਈ ਹੈ। ਜਿਸ ਵੇਲੇ ਪੂਰੀ ਕ੍ਰੋਨੋਲੋਜੀ ਬਣੀ ਹੋਈ ਹੈ ਅਤੇ ਉਸ ਕ੍ਰੋਨੋਲੋਜੀ ਵਿੱਚ ਪ੍ਰਦੀਪ ਕਲੇਰ ਵੀ ਫੜਿਆ ਗਿਆ, ਉਸ ਤੋਂ ਬਾਅਦ ਉਸਨੇ ਵਾਅਦਾ ਮਾਫ਼ ਗਵਾਹ ਦੇ ਤੌਰ 'ਤੇ ਜੱਜ ਦੇ ਸਾਹਮਣੇ ਬਿਆਨ ਵੀ ਦੇ ਦਿੱਤਾ, ਉਹਨੇ ਬਿਆਨ ਵਿੱਚ ਸਪਸ਼ਟ ਕਰ ਦਿੱਤਾ। ਔਰ ਇਹ ਹੁਣ ਜਿਹੜੀ ਚੀਜ਼ ਸਪਸ਼ਟ ਹੋ ਰਹੀ ਹੈ, ਪਹਿਲਾਂ 2021 'ਚ ਰਣਬੀਰ ਸਿੰਘ ਖੱਟੜਾ ਜੀ ਆਪਣੀ ਮੀਟਿੰਗ ਵਿੱਚ ਦੱਸ ਚੁੱਕੇ ਨੇ, ਡੇਰਾ ਸਰਸਾ ਵਿਖੇ ਹੀ, ਡੇਰਾ ਸਰਸਾ ਦੇ ਓਲਡ ਬਲਾਕ ਦੇ ਕਮਰਾ ਨੰਬਰ 4 ਵਿੱਚ, ਕਮਰਾ ਨੰਬਰ 6 ਵਿੱਚ ਇਹਨਾਂ ਦੀ ਕਿਹੜੇ ਕਿਹੜੇ ਬੰਦਿਆਂ ਦੀਆਂ ਮੀਟਿੰਗਾਂ ਹੋਈਆਂ ਜਿਹਨੂੰ ਉਹਨਾਂ ਨੇ ਟਰੇਸ ਕੀਤਾ, ਅਤੇ FIR ਵਿੱਚ ਬਾਕਾਇਦਾ ਚਾਰਜਸ਼ੀਟ ਵਿੱਚ ਲਿਖ ਕੇ ਚਾਰਜਸ਼ੀਟ ਪੇਸ਼ ਕਰ ਦਿੱਤੀ। ਉਸ ਚਾਰਜਸ਼ੀਟ 'ਤੇ ਅੱਗੇ ਕਾਰਵਾਈ ਨਹੀਂ ਕਰਵਾਈ, ਨਾ ਅਕਾਲੀਆ ਨੇ ਕਰਾਈ, ਨਾ ਅੱਜ ਤੱਕ ਕਰਾਈ। ਉਹ ਦੱਸ ਰਹੇ ਨੇ ਬੜਾ ਸਪਸ਼ਟ ਕਿ ਡੇਰੇ ਦੇ ਪੁਰਾਣਾ ਬਲਾਕ ਵਿੱਚ ਮੀਟਿੰਗਾਂ ਹੋਈਆਂ, 2007 ਵਿੱਚ ਵੀ ਹੋਈਆਂ, ਉਸ ਤੋਂ ਬਾਅਦ ਵੀ ਹੋਈਆਂ, ਜਿਸ ਵਿੱਚ ਇਹ ਤੈਅ ਕੀਤਾ ਗਿਆ ਔਰ ਠੋਕ ਕੇ ਕਿਹਾ ਗਿਆ ਕਿ ਉਹ ਠੋਕ ਕੇ ਕਦੋਂ ਕਿਹਾ ਗਿਆ ਕਿ ਜਦੋਂ ਜਵਾਹਰ ਸਿੰਘ ਵਾਲਾ ਵਿਖੇ ਹਰਜਿੰਦਰ ਸਿੰਘ ਮਾਝੀ ਪ੍ਰਚਾਰਕ ਨੇ ਪ੍ਰਚਾਰ ਕੀਤਾ, ਅਤੇ ਡੇਰੇ ਵਾਲਿਆਂ ਡੇਰੇ ਪ੍ਰੇਮੀਆਂ ਨੇ ਆਪ ਲਾਕਟ ਉਤਾਰ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਧਰ ਦਿੱਤੇ, ਅਤੇ ਕੁਛ ਦੀਵਾਨ ਵਿੱਚ ਹੀ ਸੁੱਟ ਕੇ ਚਲੇ ਗਏ ਲੁਕ ਲੁਕਾ ਕੇ। ਅਤੇ ਉਦੋਂ ਮੀਟਿੰਗ ਹੋਈ ਕਿ ਬਈ ਇਹਨਾਂ ਨੇ ਸਾਡੇ ਪਿਤਾ ਦੇ ਲਾਕਟ ਪੈਰਾਂ ਵਿੱਚ ਮਧੋਲੇ ਨੇ, ਅਤੇ ਹੁਣ ਅਸੀਂ ਇਹਨਾਂ ਦੇ ਗੁਰੂ ਨੂੰ ਵੀ ਪੈਰਾਂ ਥੱਲੇ ਮਧੋਲਾਂਗੇ। ਆਪਣੇ ਰਣਬੀਰ ਸਿੰਘ ਖੱਟੜੇ ਨੇ ਇਹਨਾਂ ਸਾਰਿਆਂ ਦੇ ਸਾਹਮਣੇ 2021 'ਚ ਕਹਿ ਦਿੱਤਾ ਸੀ ਕਿ ਕਮਰਾ ਨੰਬਰ 4 ਪੁਰਾਣਾ ਬਲਾਕ ਵਿੱਚ ਸਰਸਾ ਡੇਰੇ ਵਾਲਿਆਂ ਦੀ ਮੀਟਿੰਗ ਹੋਈ, ਔਰ ਇਸ ਬਾਬਤ ਮੀਟਿੰਗ ਵਿੱਚ 6 ਮੈਂਬਰੀ ਨੈਸ਼ਨਲ ਐਡਵਾਈਜ਼ਰੀ ਕਮੇਟੀ ਸ਼ਾਮਲ ਹੋਈ, ਜਿਹੜੀ ਕਿ 1 ਜੂਨ 2015 ਤੋਂ ਲੈ ਕੇ ਮਲਕੇ ਤੱਕ ਨਵੰਬਰ 2015 ਤੱਕ ਦੀਆਂ ਘਟਨਾਵਾਂ ਦੀ ਪਲਾਨਿੰਗ ਇਹਨਾਂ ਨੇ ਕੀਤੀ। ਇਸੇ ਮੀਟਿੰਗ ਵਿੱਚ ਡਿਊਟੀਆਂ ਲਾਈਆਂ ਗਈਆਂ, ਮਹਿੰਦਰਪਾਲ ਦੀਆਂ ਵੀ ਡਿਊਟੀਆਂ ਲੱਗੀਆਂ ਅਤੇ ਬਾਕੀ ਸਾਰਿਆਂ ਦੀਆਂ ਵੀ ਡਿਊਟੀਆਂ ਲੱਗੀਆਂ। ਹੁਣ ਜਿਹੜੀ ਡਿਊਟੀਆਂ ਲੱਗੀਆਂ ਉਸ ਹੀ ਸਾਰਿਆਂ ਦੇ ਨਾਮ ਵੀ ਆ ਗਏ, ਅਤੇ ਰਣਬੀਰ ਸਿੰਘ ਖੱਟੜਾ ਜੀ ਨੇ ਸਪਸ਼ਟ ਦੱਸ ਵੀ ਗਿਆ ਦਿੱਤਾ ਕਿ 4 ਅਕਤੂਬਰ 2015 ਨੂੰ ਫਿਰ ਐਡਮੰਡ ਬਲਾਕ ਓਲਡ ਦੇ ਡੇਰਾ ਸਿਰਸਾ ਵਿਖੇ ਹੀ ਫਿਰ ਮੀਟਿੰਗ ਹੋਈ, ਜਿਸ ਵਿੱਚ ਹਰਸ਼ ਧੂਰੀ, ਸੰਦੀਪ ਬਰੇਟਾ, ਜਿੰਮੀ ਮੀਟਿੰਗ ਹੀ ਸ਼ਾਮਲ
ਹੋਏ ਅਤੇ ਮਹਿੰਦਰਪਾਲ ਬਿੱਟੂ ਵੀ ਸ਼ਾਮਲ ਹੋਇਆ। ਉਸ ਤੋਂ ਇਲਾਵਾ ਹੋਰ ਮੁਖੀ ਵੀ ਸ਼ਾਮਲ ਹੋਏ ਅਤੇ ਉਸ ਵਿੱਚ ਸਪਸ਼ਟ ਤੌਰ 'ਤੇ ਆਖਿਆ ਗਿਆ, 45 ਮੈਂਬਰੀ ਕਮੇਟੀ, 25 ਮੈਂਬਰੀ ਕਮੇਟੀ ਦੀਆਂ ਵੀ ਫਿਰ ਮੀਟਿੰਗਾਂ ਹੋਈਆਂ ਅਤੇ ਉਸੇ 'ਚ ਮੋੜ ਬਲਾਸਟ ਵੀ ਤੈਅ ਕੀਤਾ ਗਿਆ ਅਤੇ ਮੋੜ ਬਲਾਸਟ ਵੀ ਦੇ ਮਾਮਲੇ 'ਚ ਵੀ ਰਣਬੀਰ ਸਿੰਘ ਖੱਟੜਾ ਜੀ 2021 'ਚ ਦੱਸ ਚੁੱਕੇ ਨੇ। ਹੁਣ ਐਵੇਂ ਬੰਦ ਕਮਰਾ ਮੀਟਿੰਗ ਨੂੰ ਉਛਾਲਿਆ ਜਾ ਰਿਹਾ, 2021 ਦੀ ਗੱਲ ਨਹੀਂ ਕੀਤੀ ਜਾ ਰਹੀ, ਕਿਉਂਕਿ ਉਹਦੇ ਸਾਰੇ ਹੀ ਆ ਦੋਸ਼ੀ ਸਾਬਤ ਸਾਹਮਣੇ ਬੈਠੇ ਨੇ ਉਹਦੇ, ਅਤੇ ਦੋਸ਼ੀ ਸਾਬਤ ਹੁੰਦੇ ਨੇ, ਇਸ ਲਈ ਉਸ ਨੂੰ ਛੁਪਾਇਆ ਜਾ ਰਿਹਾ ਅਤੇ ਮੈਂ ਤੁਹਾਡੇ ਨਾਲ ਇਸ ਲਈ ਉਸ ਦੀ ਗੱਲ ਕਰ ਰਿਹਾ। ਉਹਨਾਂ ਨੇ ਦੱਸਿਆ ਕਿ ਮੋੜ ਬਲਾਸਟ ਦੀਆਂ ਤੰਦਾਂ ਵੀ ਡੇਰਾ ਮੁਖੀ ਤੱਕ ਪਹੁੰਚੀਆਂ, ਕਿਵੇਂ ਪਹੁੰਚੀਆਂ, ਡੇਰੇ ਦੇ ਬਾਬੇ ਦੇ ਸਿਕਿਉਰਿਟੀ ਇੰਚਾਰਜ ਅਮਰੀਕ ਸਿੰਘ ਅਤੇ ਉੱਥੋਂ ਦਾ ਜਿਹੜਾ ਵਰਕਸ਼ਾਪ ਵਾਲਾ ਸੀ ਕਾਲਾ, ਉਹ ਉਸ ਨੇ ਬੈਟਰੀ ਤੋਂ ਬੰਬ ਬਣਾਏ, ਉਹ ਕਾਰ ਜਿਹੜੀ ਵਰਤੀ ਗਈ ਉਸ ਨੂੰ ਰੰਗ ਕੀਤਾ, ਅੰਦਰੋਂ ਬਾਹਰੋਂ ਸੀਟਾਂ ਬਦਲੀਆਂ, ਚੇਂਜ ਕੀਤਾ, ਉਹ ਕਾਰ ਵੀ ਵਾਪਸ ਆਈ ਅਤੇ ਡੇਰੇ ਅੰਦਰ ਹੀ ਬੰਬ ਵੀ ਬਣਦੇ ਸਨ, ਬੈਟਰੀਆਂ ਵੀ ਤਿਆਰ ਕੀਤੀਆਂ ਜਾਂਦੀਆਂ ਸਨ, ਬੈਟਰੀ ਜਿਹੜੇ ਸਿਰਸੇ ਵਾਲੇ ਬੈਟਰੀ ਵਾਲੇ ਤੋਂ ਖਰੀਦੀ ਉਸ ਦੀ ਵੀ ਤੰਦ ਉਹਨਾਂ ਨੇ ਜੋੜ ਕੇ ਦੱਸ ਦਿੱਤੀ। ਅਤੇ ਇਹ ਸਾਰਾ ਕੁਛ ਜਿਸ ਵੇਲੇ ਉਹਨਾਂ ਨੇ 2021 'ਚ ਦੱਸ ਦਿੱਤਾ ਗਿਆ ਸੀ ਤਾਂ ਫਿਰ ਦੁਬਾਰਾ ਉਸ ਨੂੰ ਕਿਉਂ ਉਛਾਲਿਆ ਜਾ ਰਿਹਾ ਅਤੇ ਕਿਉਂ ਪੁੱਛਿਆ ਜਾ ਰਿਹਾ। ਉਹਨਾਂ ਨੇ ਇਹ ਵੀ ਦੱਸ ਦਿੱਤਾ ਸੀ ਕਿ 63 ਨੰਬਰ FIR ਵਿੱਚ ਉਹਨਾਂ ਨੇ ਡੇਰੇ ਮੁਖੀ ਨੂੰ ਅਤੇ ਪ੍ਰੇਮੀਆਂ ਨੂੰ ਵੀ ਚਾਰਜਸ਼ੀਟ ਕੀਤਾ ਅਤੇ ਦੋਸ਼ੀ ਸਾਬਤ ਕੀਤਾ। ਉਹਨਾਂ ਨੇ ਇਹ ਵੀ ਕਹਿ ਦਿੱਤਾ ਕਿ 3 ਜਿਹੜੀਆਂ FIR ਸੀ ਉਹ CBI ਨੂੰ ਖੁਦ SGPC ਨੇ ਜ਼ੋਰ ਪਵਾ ਕੇ ਭੇਜੀਆਂ, ਸਾਡੇ ਤੋਂ ਖੋਹੀਆਂ, ਅਤੇ SGPC ਨੇ ਹੀ ਉਹਨਾਂ 'ਤੇ ਕਾਰਵਾਈ ਰੋਕੀ। ਫਿਰ ਦੱਸੋ, ਇਹ ਕਹੀ ਜਾਣਾ ਕਿ ਕਸਟੋਡੀਅਨ SGPC ਹੈ 114 ਜਾਂ 128 ਅੰਗਾਂ ਦੀ ਬੜੀ ਸੰਭਾਲ ਕੀਤੀ, ਇਹ ਗੁੰਮਰਾਹਕੁੰਨ ਪ੍ਰਚਾਰ ਹੈ। ਆਖਿਰ ਸਾਡੀਆਂ ਸੰਸਥਾਵਾਂ, ਅਕਾਲੀ ਦਲ ਦੀ ਸਰਕਾਰ ਅਤੇ ਸਰਕਾਰੀ ਹੈੱਡ ਗ੍ਰੰਥੀ ਬਣ ਚੁੱਕੇ ਅਤੇ ਸਰਕਾਰੀ ਦਰਬਾਰੇ ਦੀ ਦਰਬਾਰੀ ਗ੍ਰੰਥੀ ਅਤੇ ਜਥੇਦਾਰਾਂ ਰਾਹੀਂ ਇਹ ਸਾਰਾ ਕੁਛ ਚੋਰ ਅਤੇ ਕੁੱਤੀ ਨੇ ਰਲ ਕੇ ਸਿੱਖ ਕੌਮ ਨਾਲ ਝੂਠ ਬੋਲਿਆ। ਰਣਬੀਰ ਸਿੰਘ ਖੱਟੜਾ ਦੀ ਵੀਡੀਓ ਸੁਣ ਲਓ, ਉਹ ਪੂਰੀ ਦੀ ਪੂਰੀ ਦੱਸਦੀ ਹੈ। ਅਸੀਂ ਦੁਬਾਰਾ ਉਸ ਦੀ ਵੀਡੀਓ ਨੂੰ ਪੂਰੀ ਦੀ ਪੂਰੀ ਨੂੰ ਚਾੜ ਰਹੇ ਹਾਂ ਫਿਰ ਇਸ ਵੀਡੀਓ ਤੋਂ ਬਾਅਦ। ਕੱਲ੍ਹ ਤੁਸੀਂ ਐਤਵਾਰ ਨੂੰ ਉਹਦੀ ਪੂਰੀ ਵੀਡੀਓ ਸੁਣ ਲਓਗੇ, ਅਸੀਂ ਉਸ ਦੀ ਪੂਰੀ ਵੀਡੀਓ ਫਿਰ ਦੁਬਾਰਾ 2021 ਵਾਲੀ ਚਾਲ ਰਹੇ ਹਾਂ। ਜਿਹੜੇ ਧਿਆਨ ਦੇ ਕੇ ਸੁਣਨ ਵਾਲੀ ਜੇ ਉਹ ਬਾਰ ਬਾਰ ਦੋ ਆਪਣਾ ਮੁੰਡਿਆਂ 'ਤੇ ਦੋਸ਼ ਲਿਆ ਰਿਹਾ, ਪੰਥਪ੍ਰੀਤ ਦੇ ਜਿਹੜੇ ਚੇਲੇ ਨੇ ਉਹਨਾਂ 'ਤੇ ਵੀ ਦੋਸ਼ ਲਿਆ ਰਿਹਾ, ਪਰ ਉਹ ਕਹਿ ਰਿਹਾ ਕਿ ਬਈ ਸਾਡੀ ਤਫਤੀਸ਼ ਨੂੰ ਇਹਨਾਂ ਨੇ ਬਦਲ ਦਿੱਤਾ ਦੋਨਾਂ ਭਰਾਵਾਂ ਨੇ, ਪਰ ਤਫਤੀਸ਼ ਨੂੰ ਸਿਰਫ ਬਦਲਣ ਦੇ ਉਹ ਦੋਸ਼ੀ ਨਹੀਂ ਨੇ, ਉਹ ਬਾਰ ਬਾਰ ਉਸ 'ਤੇ ਜ਼ੋਰ ਦੇ ਕੇ ਅਕਾਲੀ ਦਲ ਦੀ ਸਰਕਾਰ ਨੂੰ ਬਚਾ ਰਿਹਾ। ਖੱਟੜਾ ਸਾਹਿਬ ਵੀ ਇਹ ਕੰਮ ਕਰ ਰਹੇ ਨੇ, ਆਪਣੇ ਪੁੱਤਰ ਦੇ ਲੋਭ ਵਿੱਚ ਕਰ ਰਹੇ ਨੇ, ਟਿਕਟ ਦੇ ਲੋਭ ਵਿੱਚ ਕਰ ਰਹੇ ਨੇ, ਕਿਹੜੇ ਲੋਭ ਵਿੱਚ ਕਰ ਰਹੇ ਨੇ ਉਹ ਵੀ ਅਧੂਰਾ ਸੱਚ ਦੱਸ ਰਹੇ ਨੇ, ਅਤੇ ਉਹ ਇਹ ਕਹਿਣ 'ਚ ਗੁਰੇਜ਼ ਕਰ ਰਹੇ ਨੇ, ਜੁਰਅਤ ਨਹੀਂ ਦਿਖਾ ਰਹੇ ਕਿ ਅਕਾਲੀ ਦਲ ਨੇ ਵੀ ਕਾਰਵਾਈ ਕਰਨ ਤੋਂ ਰੋਕਿਆ, ਉਸ ਤੋਂ ਬਾਅਦ ਦੀਆਂ ਸਰਕਾਰਾਂ ਨੇ ਵੀ ਰੋਕਿਆ, ਹੁਣ ਉਹ ਕਹਿ ਰਹੇ ਨੇ ਕਿ ਬਈ ਮਾਨ ਸਰਕਾਰ ਆਗਿਆ ਨਹੀਂ ਦੇ ਰਹੀ। ਅਤੇ ਅਧੂਰੀਆਂ ਗੱਲਾਂ ਨਾ ਕਰਨ,
ਠੋਕ ਕੇ ਕਹਿਣ ਕਿ ਉਸ ਵੇਲੇ ਦੇ ਸਾਰੇ ਪੁਲਿਸ ਅਫਸਰਾਂ ਨੂੰ ਅਕਾਲੀ ਦਲ ਨੇ ਕਲੀਨ ਚਿੱਟ ਦਵਾਈ, ਬਰਗਾੜੀ 'ਚ ਜਿਹੜਾ ਗੋਲੀ ਚੱਲੀ ਉਹ ਵੀ ਬਾਦਲਾਂ ਦੇ ਬਿਲਕੁਲ ਗਿਆਨ ਹੀ ਸੀ, ਵੱਡੇ ਬਾਦਲ ਤੋਂ ਪੁੱਛ ਕੇ ਸੁਮੇਧ ਸੈਣੀ ਨੇ ਗੋਲੀ ਚਲਾਈ, ਰਾਤ ਨੂੰ ਸਾਰੇ ਕੰਟਰੈਕਟ ਵਿੱਚ ਸਨ, ਅਤੇ ਜਿਹੜੀ ਇਹਨਾਂ ਦੀ ਜਾਂਚ ਵਿੱਚ ਵੀ ਜਿਹੜੀ ਅੱਗੇ ਕਾਰਵਾਈ ਨਹੀਂ ਹੋਈ ਅਤੇ ਰੋਕਦੇ ਰਹੇ, ਉਹ ਅਕਾਲੀ ਹੀ ਰੋਕਦੇ ਰਹੇ, SGPC ਵੀ ਰੋਕਦੀ ਰਹੀ, SGPC ਖੁਦ ਇਸਤਗਾਸਾ ਪੇਸ਼ ਕਰ ਸਕਦੀ ਹੈ, 2021 ਦੀ ਮੀਟਿੰਗ ਵਿੱਚ ਕਿਹਾ ਰਣਵੀਰ ਸਿੰਘ ਖੱਟੜਾ ਨੇ, ਬੜੇ ਛੋਟੇ ਜਿਹੇ ਲਫਜ਼ਾਂ ਵਿੱਚ ਕਿਹਾ, ਪਰ SGPC ਨੇ ਹਲੇ ਤੱਕ ਕਿਉਂ ਨਹੀਂ ਕੀਤੀ? ਇੱਕ ਵੀ FIR ਬੇਅਦਬੀਆਂ ਦੇ ਸੰਬੰਧ ਵਿੱਚ SGPC ਨੇ ਦਰਜ ਨਹੀਂ ਕਰਾਈ। ਕਮਲਜੀਤ ਸਿੰਘ ਸ਼ਹੀਦ ਦੇ ਮਾਮਲੇ 'ਚ ਵੀ SGPC ਨੇ FIR ਦਰਜ ਨਹੀਂ ਕਰਾਈ, ਸਗੋਂ ਡੇਰੇ ਵਾਲਿਆਂ ਦੀ ਹੀ ਪੁਸ਼ਤਪਣਾਈ ਕੀਤੀ, ਔਰ ਉਸ ਕੇਸ ਵਿੱਚ ਮੈਨੂੰ 1 ਮਹੀਨਾ ਇਸ ਲਈ ਗ੍ਰਿਫਤਾਰ ਕਰਕੇ ਪਟਿਆਲਾ ਜੇਲ੍ਹ ਵਿੱਚ ਮੁਲਾਕਾਤਾਂ ਵੀ ਬੰਦ ਕਰਕੇ ਰਖਾਈਆਂ ਕਿ ਤਿੰਦਰਪਾਲ ਸਿੰਘ, ਬਲਵੰਤ ਸਿੰਘ ਨੰਦਗੜ੍ਹ ਨਾਲ ਮਿਲ ਕੇ ਬਹੁਤ ਜ਼ਿਆਦਾ ਕਾਰਵਾਈਆਂ ਕਰਵਾ ਰਿਹਾ, ਪਿੱਛੇ ਬ੍ਰੇਨ ਹੈਗਾ, ਇਸ ਨੂੰ ਅੰਦਰ ਡੱਕ ਦਿਓ। ਇਕੱਲੇ ਉਦੋਂ ਮੇਰੀ 2007 'ਚ ਇਕੱਲੇ ਦਾਸ ਦੀ ਗ੍ਰਿਫਤਾਰੀ ਹੋਈ ਸੀ, ਕਿਸੇ ਦੀ ਵੀ ਨਹੀਂ ਸੀ ਹੋਈ। ਇਸ ਲਈ ਦਾਸ ਕਹਿੰਦਾ ਕਿ ਮੈਨੂੰ ਹੀ ਸੱਦੋ, ਮੈਂ ਵੀ ਆਪਣੇ ਪੱਖ ਰੱਖਣਾ ਚਾਹੁੰਦਾ, ਸੋਸ਼ਲ ਮੀਡੀਆ 'ਤੇ ਨਹੀਂ, ਠੋਕ ਕੇ ਮੈਂ ਗੱਲ ਕਰਨੀ ਚਾਹੁੰਦਾ। ਅਤੇ ਦਰਬਾਰੀ ਰਾਗ ਅਲਾਪਣਾ ਬੰਦ ਹੋਣਾ ਚਾਹੀਦਾ, ਦੋਸ਼ੀਆਂ ਨੂੰ ਦੋਸ਼ੀ ਕਰਾਰ ਦਿਓ। ਖੱਟੜਾ ਸਾਹਿਬ, ਤੁਸੀਂ ਵੀ ਦੱਸੋ ਕਿ ਅਕਾਲੀ ਦਲ ਨੇ ਕਿਉਂ ਰੋਕ ਕੇ ਰੱਖਿਆ ਹਰ ਚੀਜ਼ ਨੂੰ, ਅਤੇ ਕਿਉਂ ਕੇਸ ਅੱਗੇ ਨਹੀਂ ਵਧਾਉਣ ਦਿੱਤਾ? ਤੁਸੀਂ ਪੁਲਿਸ ਅਫਸਰ ਹੋ, ਤਫਤੀਸ਼ੀ ਅਫਸਰ ਹੋ, ਤੁਹਾਨੂੰ ਪਤਾ, ਅਤੇ ਜਿੰਨੀਆਂ ਸਿੱਟ ਬਣੀਆਂ ਉਹ ਵੀ ਸਾਰੀਆਂ ਸਾਹਮਣੇ ਆਉਣੀਆਂ ਚਾਹੀਦੀਆਂ ਨੇ। ਇੰਨੀ ਬੇਨਤੀ ਨੂੰ ਪ੍ਰਵਾਨ ਕਰਿਆ ਜੇ, ਆਗਿਆ ਦਿਓ। ਜੇ ਵੀਡੀਓ ਤੁਹਾਨੂੰ ਠੀਕ ਲੱਗਦੀ ਹੈ ਤਾਂ ਸ਼ੇਅਰ ਜ਼ਰੂਰ ਕਰਿਆ ਜੇ। ਕੌਮ ਦਾ ਪੱਖ ਦਾ ਮਸਲਾ, ਇਹ ਹੱਲ ਹੋਣਾ ਚਾਹੀਦਾ, ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਜੇ। C5 ਪੰਥ ਖਾਲਸਾ ਟੱਚ ਚੈਨਲ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ, ਸਬਸਕ੍ਰਾਈਬ ਵੀ ਕਰਿਆ ਜੇ, ਬੈੱਲ ਦਾ ਬਟਨ ਵੀ ਜ਼ਰੂਰ ਨੱਪਿਆ ਜੇ, ਲਾਈਕ ਕਰਨਾ ਬਿਲਕੁਲ ਨਾ ਭੁੱਲਿਆ ਜੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।